ਕੌਣ ਆਈ? ਉਹਨਾਂ ਨੇ ਪੁੱਛਿਆ ਮਾੜੇ ਮੋਟੇ ਤੇ ਬਰਤਾਵ ਕੇ, ਉਹ ਕਹਿੰਦੇ ਵੀ ਰੋਟੀ ਵੋਟੀ ਨਹੀਂ ਪੈਣੀ, ਇੱਕ ਰੋਟੀ ਉਮੜ ਜਾਂਦੇ ਹੈ, ਇਹ ਤਾਂ ਕਰ ਨਹੀਂ ਦੇਖਦਾ, ਖੜਿਆ ਨਹੀਂ ਜਾਂਦਾ, ਦੁੱਖਾਂ ਦੇ ਮਾਰੇ ਹੋਏ ਹਾਂ, ਤੁਸੀਂ ਵੋਟ ਨਹੀਂ ਪਾ ਸਕਦੇ। ਪਹਿਲਾਂ ਵੀ ਵੋਟ ਪਾ ਕੇ ਗਏ ਜੀ, ਪਿਛਲੀ ਵਾਰ ਜਦ ਵੋਟਾਂ ਪਈਆਂ ਸੀ, ਅਭਿਸ਼ੇਕ ਕੀ ਇਸ਼ੂ ਹੈ ਉਹਦੇ ਜਿਹੜਾ ਵੋਟ ਨਹੀਂ ਪਾਉਣ ਦਿੱਤੀ? ਐਕਚੁਲੀ ਮੇਰੇ ਦਾਦੀ ਨੇ ਇਹਨਾਂ ਦੀ 85 ਈਅਰ ਦੇ ਹੋ ਗਏ, ਪਿਛਲੀ ਵਾਰ ਵੀ ਵੋਟ ਪਾਉਣ ਆਏ ਸੀ, ਲੇਕਿਨ ਇਸ ਵਾਰ ਇਹਨੇ ਬੜੇ ਹਰੈਸ਼ਮੈਂਟ ਕੀਤੇ ਇਹਨਾਂ ਨਾਲ, ਨਾ ਤਾਂ ਇੱਥੇ ਵੀਲਚੇਅਰ ਸੀਗੀ, ਕੋਈ ਫੈਸਿਲਿਟੀਜ਼ ਨਹੀਂ ਇਹਨਾਂ ਨੇ ਦਿੱਤੀ ਹੈਗੀ, ਪਲੱਸ ਇਹਨਾਂ ਨੂੰ ਅੰਦਰ ਵੋਟ ਪਾਉਣ ਵੀ ਨਹੀਂ ਦਿੱਤੀ। ਇਹ ਪੇਸ਼ੈਂਟ ਨੇ ਹੋਸਪਿਟਲ ਨੂੰ ਸਿੱਧੇ ਵੋਟ ਪਾਉਣ ਆਏ ਨੇ, ਲੇਕਿਨ ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਜਾ ਰਿਹਾ। ਅਤੇ ਉਹ ਕੀ ਕਹਿ ਰਹੇ, ਰੀਜ਼ਨ ਕੀ ਦੱਸ ਰਹੇ ਇਹਦੇ ਪਿਜ਼ੇ? ਰੀਜ਼ਨ ਇਹੀ ਕਹਿ ਰਹੇ, ਕਹਿੰਦੇ ਵੀ ਏਜ ਹੋ ਗਈ, ਪਲੱਸ ਇਹਨੇ ਵੋਟ ਕੱਟੀ ਹੋਈ ਹੈ। ਜਿਵੇਂ ਇਹਨਾਂ ਦਾ ਹੱਕ, ਇਹਨਾਂ ਦੀ ਪਿਛਲੇ ਹਰ ਸਾਲ ਪਾਉਣ ਆਉਂਦੇ ਨੇ, ਕੋਈ ਬਿਨਾਂ ਕੇ ਆਉਂਦੇ ਨੇ, ਹੁਣ ਇਹ ਪੇਸ਼ੈਂਟ ਇਹਨੂੰ ਹੋਸਪਿਟਲ ਤੋਂ ਆਏ ਨੇ, ਫਿਰ ਵੀ ਦੇਖੋ ਇਹਨੇ ਵੋਟ ਪਾਉਣ ਨਹੀਂ ਦਿੱਤੀ ਜਾ ਰਹੀ ਇਹਨਾਂ ਨੂੰ। ਅਤੇ ਕੀ ਮੰਗ ਕਰਦੇ ਤੁਸੀਂ? ਅਸੀਂ ਮੰਗ ਇਹੀ ਕਰਦੇ ਵੀ ਇਹਨਾਂ ਜਿਹੜਾ ਆਪਣੇ ਇੰਡੀਅਨ ਕਾਨੂੰਨ ਦਾ ਹੈਗਾ, ਸੰਵਿਧਾਨ ਹੈ, ਵੀ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਵੇ, ਇਹਨਾਂ ਨੂੰ ਦਿੱਤਾ ਜਾਵੇ। ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ? ਕਾਰਨ ਦੇਖੋ, ਮੈਂ ਇਹਦੇ ਵਿੱਚ ਕੁਛ ਕਹਿ ਨਹੀਂ ਸਕਦਾ, ਮੈਂ ਵੀ ਫਸਟ ਟਾਈਮ ਆਪਣੇ ਵੋਟ ਪਾਉਣ ਆਇਆ, ਹੁਣ ਜਿਵੇਂ ਮੈਂ ਪਹਿਲੀ ਵਾਰ ਵੋਟ ਪਾਉਣਾ, ਅਗਰ ਇਹਨਾਂ ਦੀ ਵੋਟ ਨਾ ਇਹਨਾਂ ਦੀ ਵੋਟ ਨਹੀਂ ਇਹਨਾਂ ਨੇ ਪਾ ਦਿੱਤੀ, ਤਾਂ ਮੈਨੂੰ ਕੋਈ ਸਵਾਲ ਨਹੀਂ ਆਇਆ ਵੋਟ ਪਾਉਣ ਦੇ ਵਿੱਚ। ਫਿਰ ਸਾਨੂੰ ਕੋਈ ਕਹਿ ਸਕਦਾ ਜਿਹੜਾ ਅਧਿਕਾਰੀਆਂ ਨੇ ਜਾਂ ਜਿਹੜੇ ਡਿਊਟੀ 'ਤੇ ਨੇ ਵੋਟ ਪਾਉਣ ਤੋਂ ਰੋਕਿਆ ਗਿਆ, ਉਹਨਾਂ ਖਿਲਾਫ ਕੋਈ ਜਿਹੜੇ ਉਰੇ ਪੁਲਿਸ ਅਧਿਕਾਰੀ ਨੇ, ਉਹਨਾਂ ਨੇ ਇਹਨਾਂ ਨੂੰ ਵੋਟ ਪਾਉਣ 'ਤੇ ਰੋਕਿਆ, ਪਲੱਸ ਮੇਰੇ ਫਾਦਰ ਜਿਹੜੇ ਹੈਗੇ ਨੇ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਵੀ ਅਸੀਂ FIR ਦਰਜ ਕਰਾਂਗੇ, ਵੀ ਲੈ ਕੇ ਵੀ ਜੇਲ੍ਹ 'ਚ ਲੈ ਕੇ ਜਾਵਾਂਗੇ। ਇਹ ਉਰੇ ਕਰ ਰਹੇ ਆ, ਬਦਮਾਸ਼ੀ ਕਰ ਰਹੇ, ਬਿਲਕੁਲ ਜਿਹੜੇ ਚੋਣ ਕਮਿਸ਼ਨ ਆ ਉਹਦੇ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ, ਧੱਜੀਆਂ ਉਡਾ ਰਹੇ ਹੈ। BLO ਨੇ ਵੋਟਾਂ ਵੰਡੀਆਂ ਤੁਹਾਡੇ? BLO ਨੇ ਵੰਡੀ ਨਹੀਂ, BLO ਨੇ ਵੋਟਾਂ ਨਹੀਂ ਵੰਡੀਆਂ, ਨਹੀਂ ਵੋਟਾਂ ਵੀ ਨਹੀਂ ਵੰਡੀਆਂ, ਜਿਹਦੇ ਕਰਕੇ ਤੁਹਾਨੂੰ ਪਤਾ ਨਹੀਂ ਲੱਗਿਆ ਵੋਟ ਕੱਟੇਗੀ। ਹਾਂਜੀ, ਇਹ ਕੋਈ ਸਿਆਸੀ ਰੰਜਸ ਤਾਂ ਨਹੀਂ ਹੈਗੀ? ਇਹ ਆਪਾਂ ਕੁਛ ਕਹਿ ਸਕਦੇ, ਜੇ BLO ਵੋਟਾਂ ਵੰਡਦਾ ਫਿਰ ਪਤਾ ਲੱਗ ਜਾਣਾ ਜੀ।